ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਪਤਾ ਹੈ ਕਿ ਜਿਵੇਂ ਬ੍ਰਿਟਿਸ਼ ਸਿੱਖ ਕੌਂਸਲ ਯੂਕੇ ਦੀ ਟੀਮ ਅੱਜ ਪਿੰਡ ਮੁੰਡੀ ਚੋਲੀਆਂ ਮਿਡਲ ਸਕੂਲ ਵਿੱਚ ਪਹੁੰਚੀ ਆ। 5-7 ਦਿਨ ਪਹਿਲਾਂ ਇੱਥੇ ਸਾਡੇ ਸਿੰਘਾਂ ਨੇ ਸਾਰਿਆਂ ਨੇ ਅਸੈਸਮੈਂਟ ਕੀਤੀ ਸੀ ਕਿ ਸਕੂਲ ਵਿੱਚ ਜੋ ਕਿਸੇ ਵੀ ਚੀਜ਼ ਦੀ ਜ਼ਰੂਰਤ ਆ, ਇੱਥੇ ਮਾਸਟਰ ਸਾਹਿਬਾਨ ਨੂੰ ਪੁੱਛ ਕੇ ਬੱਚਿਆਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਕਿ ਉਹਨਾਂ ਦੇ ਘਰ ਵਿੱਚ ਕੀ ਨੁਕਸਾਨ ਹੋਇਆ, ਬੈਗਾਂ ਵਰਦੀਆਂ ਜੋ ਵੀ ਚੀਜ਼ ਦੀ ਜ਼ਰੂਰਤ ਸੀ, ਅੱਜ ਸਾਡੀ ਟੀਮ ਇੱਥੇ ਉਹ ਸਾਰਾ ਸਮਾਨ ਲੈ ਕੇ ਪਹੁੰਚੀ ਆ। ਇਹ ਸਾਨੂੰ ਖੁਸ਼ੀ ਹੋਈ ਆ ਕਿ ਇਹ ਸਰਕਾਰੀ ਸਕੂਲ, ਪਹਿਲਾਂ ਉਹ ਸਰਕਾਰੀ ਸਕੂਲ ਆ, ਅਸੀਂ 13-14 ਪਿੰਡਾਂ ਨੂੰ ਵਰਦੀਆਂ ਦੇਣਗੇ ਜਿੱਥੇ ਬੱਚਿਆਂ ਦੀ ਸਟਰੈਂਥ 116 ਬੱਚੇ ਨੇ। ਸਰਕਾਰੀ ਸਕੂਲ ਵਿੱਚ ਇੱਦਾਂ 116 ਬੱਚੇ ਸਾਨੂੰ ਪਹਿਲੇ ਸਕੂਲ ਵਿੱਚ ਮਿਲੇ ਨੇ, ਅਤੇ ਅਸੀਂ ਇਹਨਾਂ ਵਾਸਤੇ ਜੋ ਵੀ ਗਰਲਸ ਦੀਆਂ ਯੂਨੀਫਾਰਮ ਸੀ, ਬੋਇਜ਼ ਦੀਆਂ ਯੂਨੀਫਾਰਮ ਸੀ, ਉਹਨਾਂ ਦੇ ਸ਼ੂਜ਼ ਸੀ, ਵਰਦੀਆਂ ਸੀ, ਔਰ ਜੋ ਵੀ ਹੋਰ ਸਮਾਨ ਲੋੜੀਂਦਾ ਸਮਾਨ ਸੀ, ਪਾਣੀ ਹੋ ਗਿਆ, ਅਦਰਵਾਈਜ਼ ਟੈਂਕੀ ਹੋ ਗਈ, ਹੋਰ ਹਰ ਚੀਜ਼ ਇੱਥੇ ਲੈ ਕੇ ਅਸੀਂ ਪਹੁੰਚੇ ਹਾਂ। ਸੋ ਇੱਥੋਂ ਦੇ ਹੈੱਡ ਟੀਚਰ ਨਾਲ ਅਸੀਂ ਤੁਹਾਡੀ ਗੱਲ ਕਰਾਉਂਦੇ ਹਾਂ ਕਿ ਕਿਵੇਂ ਦਾ ਲੱਗ ਰਿਹਾ ਨਾ। ਮੈਂ ਕੁਲਵਿੰਦਰ ਸਿੰਘ ਜੋਸਰ, ਸਰਕਾਰੀ ਮਿਡਲ ਸਕੂਲ ਮੁੰਡੀ ਚੋਲੀਆਂ ਦਾ ਇੰਚਾਰਜ ਹਾਂ। ਬ੍ਰਿਟਿਸ਼ ਸਿੱਖ ਕੌਂਸਲ ਯੂਕੇ ਵੱਲੋਂ ਜੋ ਕਿ ਸਾਨੂੰ ਪਹਿਲਾਂ ਇੱਥੇ ਸਕੂਲ ਦੇ ਵਿੱਚ ਆਏ ਸੀ, ਸਾਨੂੰ ਉਹਨਾਂ ਸਕੂਲ ਦੀ ਸਾਰੀ ਡਿਮਾਂਡ ਬਾਰੇ ਪੁੱਛਿਆ ਵੀ ਤੁਹਾਨੂੰ ਬੱਚਿਆਂ ਦਾ ਜਿਸ ਢੰਗ ਨਾਲ ਵੀ ਹੋਵੇ ਕਾਪੀਆਂ ਪੈੱਨ ਵਰਦੀਆਂ ਦੇਵਾਂਗੇ। ਫਿਰ ਉਹਨਾਂ ਨੇ ਜਿਸ ਢੰਗ ਨਾਲ ਬੱਚੇ ਸੀ ਉਹਨਾਂ ਦੀਆਂ ਕੁੜੀਆਂ ਮੁੰਡਿਆਂ ਦੀ ਸਾਰਿਆਂ ਦੀ ਵੱਖੋ ਵੱਖਰੀ ਗਿਣਤੀ ਲਈ, ਉਸ ਹਿਸਾਬ ਨਾਲ ਅੱਜ ਸਾਡੇ ਸਕੂਲ ਦੇ ਵਿੱਚ ਇਹ ਬੱਚਿਆਂ ਨੂੰ ਵਰਦੀਆਂ ਦਿੱਤੀਆਂ ਹਨ, ਵੱਡੀਆਂ ਹਨ। ਇਹ ਜਿਹੜੀ ਵੀ ਸੰਸਥਾ ਹੈ, ਸਾਨੂੰ ਵੱਡੀ ਖੁਸ਼ੀ ਦੀ ਇਹ ਗੱਲ ਹੈ ਵੀ ਸਾਡਾ ਏਰੀਆ ਇੱਕ ਤਾਂ ਹੜ੍ਹ ਪਹਿਲੋਂ ਏਰੀਆ ਇਹ ਗਰੀਬ ਸੀਗਾ, ਇੱਕ ਹੜ੍ਹ ਪੀੜਤ ਏਰੀਆ ਆ ਗਿਆ। ਇਸ ਸਕੂਲ ਦੇ ਵਿੱਚ ਕੋਈ 7-8 ਫੁੱਟ ਪਾਣੀ ਸੀਗਾ, ਜਿਹੜੀਆਂ ਵੀ ਵਰਦੀਆਂ ਦਿੱਤੀਆਂ ਸੀ ਉਹ ਸਾਡੇ ਬੱਚਿਆਂ ਦੀਆਂ ਵਰਦੀਆਂ ਵੀ ਖਰਾਬ ਹੋ ਗਈਆਂ ਸੀਗੀਆਂ। ਇਸ ਨਾਲ ਸਾਡੀ ਜਿਹੜੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ, ਉਹ ਸਾਨੂੰ ਦੇ ਗਿਆ ਵਾ, ਪਾਣੀ ਦੀ ਟੈਂਕੀ ਵੀ ਦੇ ਕੇ ਗਏ ਆ। ਇਹ ਜਿਹੜੀ ਸੰਸਥਾ ਬਣੀ ਆ, ਇਹ ਮਨੁੱਖਤਾ ਦੇ ਭਲੇ ਲਈ ਹੈ ਜਿਹੜੀ ਸੰਸਥਾ ਬਣੀ ਆ। ਇਸ ਸੰਸਥਾ ਦਾ ਜਿੰਨੇ ਵੀ ਮੈਂਬਰ ਹਨ, ਜੋ ਵੀ ਇਸ ਨੂੰ ਔਰਗੇਨਾਈਜ਼ ਕਰਦੇ ਹਨ, ਉਹਨਾਂ ਦਾ ਅਸੀਂ ਤਹਿ ਦਿਲੋਂ ਆਪਣੇ ਨਗਰ ਨਿਵਾਸੀਆਂ ਵੱਲੋਂ, ਆਪਣੇ ਸਕੂਲ ਦੇ ਸਟਾਫ ਵੱਲੋਂ ਅਤੇ ਸਕੂਲ ਦੇ ਬੱਚਿਆਂ ਵੱਲੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਪਰਮਾਤਮਾ ਇਸ ਸੰਸਥਾ ਨੂੰ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।